मैं भी आज एक चेयर पे बैठ के जवाब मांगनी है पंजाब तो कि इतनी हाई क्वालिफिकेशन देन तो बाद क्या जीवन शादी से खत्म हो जाता है क्या साडी बेटियां चपेड़ा खांदी हैं क्या मुंडे कुड़ियां का रास्ता बिता के 2 महीने लाके 3 महीने लाके मां को छोड़ देते हैं क्या फिर नौकरा भी बन के रह जा इतने बैठ के फैमिलियां हरास करन उनानु पंजाब के लोका तो मैं कुछ नहीं आती अपनी धियां दा एक सपना देख दियो अपने पुत्रा नु पढ़ा ली पढ़ांदे लिखांदे हो ਕਿੱਥੇ ਬੈਠੇ ਆ ਨਾ ਤੁਸੀਂ ਧੀਆਂ ਰੋ ਰਹੀਆਂ ਨੇ ਚਪੇੜਾ ਖਾ ਰਹੀਆਂ ਨੇ ਪੂਰੇ ਬੱਚੇ ਮੈਂ ਤੇਰੇ ਨਾਲ ਆ ਤੈਨੂੰ ਆਪਣੇ ਲਈ ਆਵਾਜ਼ ਫੇਰ ਚੁੱਕਣੀ ਪਏਗੀ ਤੈਨੂੰ ਇੱਕ ਨਵੀਂ ਰੋਸ਼ਨੀ ਦੀ ਕਿਰਨ ਮੈਂ ਦਿਖਾਵਾਂਗੀ ਤੈਨੂੰ ਸਟਰੋਂਗ ਹੋਣਾ ਪਏਗਾ ਮੈਂ ਤੇਰੇ ਨਾਲ ਪ੍ਰੋਮਿਸ ਕਰਨੀ ਆ ਹੈਲੋ एवरीवन ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਗੇ ਐਸ ਯੂਜੂਅਲ ਆਫਿਸ ਵਿੱਚ ਕੰਮ ਕਰ ਰਹੀ ਆ ਅੱਜ ਮਨ ਬੜਾ ਦੁਖੀ ਏ ਸਵੇਰੇ ਹੀ ਤੁਹਾਡੇ ਨਾਲ ਸਵੇਰ ਤੋਂ ਹੀ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਨ ਤੇ ਦਿਲ ਕਰ ਰਿਹਾ ਸੀ ਕਿ ਇੱਕ ਬੜਾ ਸੰਜੀਦਾ ਮੁੱਦਾ ਹੈ ਮੈਂ ਵੀਡੀਓ ਵੀ ਪਿੱਛੇ ਲੈ ਰਹੀ ਇੱਕ ਵਾਇਰਲ ਹੋਈ ਏ ਜਿੰਨੇ ਚ ਇੱਕ ਲੜਕੀ ਆਪਣੇ ਬੱਚੇ ਲਈ ਰੋ ਰਹੀ ਏ ਕਿ ਉਹਨੇ ਇਨ ਲਾਜ਼ ਨੇ ਤੇ ਹਸਬੰਡ ਨੇ ਉਹਨੂੰ ਚੁਪੜੇੜ ਮਾਰੀ ਉਹ ਬਹੁਤ ਹਾਈ ਕੁਆਲੀਫਾਈਡ ਸੀ ਰੋਜ਼ ਹੀ ਮੇਰੇ ਕੋਲ ਐਦਾਂ ਦੀ ਬੱਚੀਆਂ ਆ ਰਹੀਆਂ ਨੇ ਕਿ ਇੰਨੀ ਹਾਈ ਕੁਆਲੀਫਾਈਡ ਹੋਣ ਤੋਂ ਬਾਅਦ ਚਪੇੜਾ ਖਾ ਰਹੀਆਂ ਨੇ ਹਰਾਸ ਹੋ ਰਹੀਆਂ ਨੇ ਹੁਣ ਇਸ ਟਾਈਮ ਵੀ ਮੇਰੇ ਸਾਹਮਣੇ ਇੱਕ ਬੱਚੀ ਬੈਠੀ ਹੋਈ ਹੈ ਬੜੀ ਦੂਰੋਂ ਚੱਲ ਕੇ ਆਈ ਹੈ ਸਿਸਟਮ ਤੋਂ ਥੱਕ ਚੁੱਕੀ ਹੈ ਬੀਟੈਕ ਕੀਤੀ ਹੋਈ ਕੰਪਿਊਟਰ ਵਿੱਚ ਹਾਈ ਕੁਆਲੀਫਾਈਡ ਇੱਕ ਬਹੁਤ ਹੀ ਪ੍ਰਿੰਸੀਪਲ ਰਿਟਾਇਰਡ ਦੀ ਬੇਟੀ ਕੱਲੀ ਦੋ ਭਰਾਵਾਂ ਦੀ ਭੈਣ ਅੱਜ ਆਪਣਾ ਦੁੱਖ ਲੈ ਕੇ ਕਿ ਸਿਸਟਮ ਤੋਂ ਥੱਕ ਚੁੱਕੀ ਹਾਂ ਬਾਹਰ ਘਰ ਵਾਲਾ ਪੀਆਰਏ ਫਰਾਡ ਕਰਕੇ ਉਹਦੇ ਨਾਲ ਭੱਜ ਗਿਆ 3 ਮਹੀਨੇ ਬਿਤਾ ਕੇ ਉਹਦੇ ਨਾਲ ਭੱਜ ਗਿਆ ਚਪੇੜਾ ਕਹਿੰਦੀ ਖਾਂਦੀ ਰਹੀ ਆ ਤਾਂ ਮਹੀਨੇ ਖਾਂਦੀ ਰਹੀ ਆ ਕਿ ਮੈਨੂੰ ਰੋਟੀ ਬਣਾਣੀ ਨਹੀਂ ਆਉਂਦੀ ਸਾਰੇ ਘਰ ਦੇ ਕੰਮ ਕਰਦੀ ਰਹੀ ਆ ਪੋਚੇ ਲਾਉਂਦੀ ਰਹੀ ਆ ਹੁਣ ਇਸ ਟਾਈਮ ਮੇਰਾ ਬੜਾ ਮਨ ਦੁਖੀ ਹੈ ਕਿ ਮੇਰੀ ਕਮਿਸ਼ਨ ਇੱਕ ਸਾਹਮਣੇ ਬੈਠ ਕੇ ਰੋ ਰਹੀ ਹੈ ਔਰ ਬੜਾ ਮੈਨੂੰ ਉਸ ਟਾਈਮ ਤੇ ਦੁੱਖ ਆਂਦਾ ਹੈ ਕਿ ਜਦੋਂ ਤੁਸੀਂ ਆਪਣੀ ਬੱਚੀਆਂ ਨੂੰ ਮੈਨੂੰ ਸ਼ਿਕਾਇਤ ਹੈ ਆਪਣੇ ਪੰਜਾਬ ਦੇ ਪੇਰੈਂਟਸ ਤੋਂ ਕਿ ਤੁਸੀਂ ਆਪਣੀ ਬੱਚੀਆਂ ਨੂੰ ਹਾਈ ਕੁਆਲੀਫਿਕੇਸ਼ਨ ਤੇ ਦੇ ਰਹੇ ਹੋ ਪਰ ਤੁਸੀਂ ਫਿਰ ਵੀ ਪ੍ਰਾਇੋਰਟੀ ਛਾਤੀ ਨੂੰ ਰੱਖਿਆ ਹੋਇਆ ਹੈ ਉਸ ਬੱਚੀ ਦਾ ਕਹਿਣਾ ਹੈ ਕਿ ਮੈਮ ਮੈਂ ਆਪਣੇ ਪੇਰੈਂਟਸ ਦੇ ਸਾਹਮਣੇ ਹੁਣ ਰੋਂਦੀ ਨਹੀਂ ਕਿ ਕਰੀਏ ਕੀ ਹੱਥ ਮਲਦੇ ਰਹਿ ਗਏ ਆਪਾਂ ਸਿਸਟਮ ਸਾਡੀ ਨਹੀਂ ਸੁਣ ਰਿਹਾ ਕਿੱਥੇ ਜਾਈਏ ਇੱਕ ਆਖਰੀ ਉਮੀਦ ਲੈ ਕੇ ਤੁਹਾਡੇ ਕੋਲ ਆਈਆਂ ਰਾਤ ਨੂੰ ਰੋਜ਼ ਰਾਤ ਨੂੰ ਬਿਸਤਰ ਵਿੱਚ ਮੂੰਹ ਚੁੰਨੀ ਪਾ ਕੇ ਮੈਂ ਰੋ ਕੇ ਸੁਣੀ ਆ ਕਿ ਮੇਰਾ ਬਣੇਗਾ ਕੀ ਨਿਹਾਇਤ ਹੀ ਖੂਬਸੂਰਤ ਲੜਕੀ ਹਾਈ ਕੁਆਲੀਫਾਈਡ ਕੱਲੀ ਕੱਲੀ ਧੀ ਮਾਪਿਓ ਦੀ ਇੱਕ ਸੁਪਨਾ ਹੈ ਸਾਡੇ ਪੇਰੈਂਟਸ ਦਾ ਕਿ ਬੱਚੀਆਂ ਨੂੰ ਹਾਈ ਕੁਆਲੀਫਿਕੇਸ਼ਨ ਦੇਈਏ ਪਰ ਨਾਲ ਦੇ ਨਾਲ ਪੇਰੈਂਟਸ ਦਿੰਦੇ ਕੀ ਨੇ ਆਪਣੀ ਬੱਚੀਆਂ ਨੂੰ ਇੱਕ ਕਮਜ਼ੋਰ ਕਰਦੇ ਨੇ ਇਮੋਸ਼ਨਲੀ ਸਟਰੋਂਗ ਨਹੀਂ ਕਰਦੇ ਕਿ ਸ਼ਾਦੀ ਹੀ ਸਭ ਕੁਝ ਨਹੀਂ ਹੈ ਮੈਨੂੰ ਪੁੱਛਦੀ ਪਈ ਹੈ ਸਾਹਮਣੇ ਬੈਠ ਕੇ ਜਵਾਬ ਦੇ ਪੰਜਾਬ ਮੈਂ ਵੀ ਅੱਜ ਇੱਕ ਚੇਅਰ ਤੇ ਬੈਠ ਕੇ ਜਵਾਬ ਮੰਗਨੀ ਆ ਪੰਜਾਬ ਤੋਂ ਕਿ ਇੰਨੀ ਹਾਈ ਕੁਆਲੀਫਿਕੇਸ਼ਨ ਦੇਣ ਤੋਂ ਬਾਅਦ ਕਿ ਜੀਵਨ ਸ਼ਾਦੀ ਦੇ ਖਤਮ ਹੋ ਜਾਂਦਾ ਹੈ ਕਿ ਸਾਡੀ ਬੇਟੀਆਂ ਚਪੇੜਾ ਖਾਣਗੀਆਂ ਕਿ ਇਹ ਪਾਪ ਵੀ ਧੀਆਂ ਨੂੰ ਦੇ ਰਹੇ ਆ ਕਿ ਇੰਨੀ ਹਾਈ ਕੁਆਲੀਫਿਕੇਸ਼ਨ ਹੋਣ ਤੋਂ ਬਾਅਦ ਚਪੇੜਾ ਖਾਣ ਰੋਣ ਜਾਂ ਘਰ ਦੀ ਰੋਟੀ ਫਿਕਸ ਕਰੇਗੀ ਉਹਨਾਂ ਦਾ ਕੈਲੇਵਰ ਕਿਆ ਮੁੰਡੇ ਕੁੜੀਆਂ ਤਾਂ ਰਾਤਾਂ ਬਿਤਾ ਕੇ 2 ਮਹੀਨੇ ਲਾ ਕੇ 3 ਮਹੀਨੇ ਲਾ ਕੇ ਉਹਨਾਂ ਨੂੰ ਛੱਡ ਦਿੰਦੇ ਨੇ ਕਿਆ ਫਿਰ ਉਹ ਨੌਕਰਾ ਨਹੀਂ ਬਣ ਕੇ ਰਹਿ ਜਾਣ ਇੱਥੇ ਬੈਠ ਕੇ ਫੈਮਲੀਆਂ ਹਰਾਸ ਕਰਨ ਉਹਨਾਂ ਨੂੰ ਕੀ ਦੇ ਰਿਹਾ ਪੰਜਾਬ ਆਪਣੀ ਧੀਆਂ ਨੂੰ ਕੀ ਦੇ ਰਿਹਾ ਪੰਜਾਬ ਆਪਣੇ ਮੁੰਡਿਆਂ ਨੂੰ ਕੀ ਸੰਸਕਾਰ ਦੇ ਰਿਹਾ ਕਿੱਥੇ ਜਾ ਰਿਹਾ ਮੇਰਾ ਪੰਜਾਬ ਹੁਣ ਇਸ ਚੀਜ਼ ਦਾ ਮੈਨੂੰ ਤੁਸੀਂ ਜਵਾਬ ਦਿਓ ਪੰਜਾਬ ਦੇ ਲੋਕਾਂ ਤੋਂ ਮੈਂ ਪੁੱਛਣੀ ਆ ਕਿ ਆਪਣੀ ਧੀਆਂ ਦਾ ਇੱਕ ਸੁਪਨਾ ਦੇਖਦੇ ਹੋ ਆਪਣੇ ਪੁੱਤਰਾਂ ਨੂੰ ਪੜ੍ਹਾ ਲਈ ਪੜ੍ਹਾਉਂਦੇ ਲਿਖਾਉਂਦੇ ਹੋ ਤੇ ਕਿੱਥੇ ਬੈਠੇ ਹੋ ਨਾ ਤੁਸੀਂ ਧੀਆਂ ਰੋ ਰਹੀਆਂ ਨੇ ਚਪੇੜਾ ਖਾ ਰਹੀਆਂ ਨੇ ਜਵਾਬ ਦੇ ਮੈਨੂੰ ਪੰਜਾਬ ਬੇਟਾ ਤੇਰਾ ਕੀ ਸੁਪਨਾ ਸੀ ਇੰਨਾ ਹਾਈ ਕੁਆਲੀਫਾਈਡ ਤੇਰੇ ਪੇਰੈਂਟਸ ਨੇ ਤੈਨੂੰ ਪੜ੍ਹਾਇਆ ਤੇਰੇ ਫਾਦਰ ਪ੍ਰਿੰਸੀਪਲ ਸੀ ਡ੍ਰੀਮ ਕੀ ਸੀ ਤੇਰਾ ਮੈਂ ਪੁੱਛਣਾ ਚਾਹੁੰਦੀ ਹਾਂ ਮੈਂ ਪੰਜਾਬ ਨੂੰ ਦੱਸਣਾ ਚਾਹੁੰਦੀ ਤੇਰਾ ਸੁਪਨਾ ਕੀ ਸੀ ਮੈਮ ਹਰ ਬੰਦੇ ਦਾ ਹੁੰਦਾ ਮੈਂ ਪੜ੍ਹੀ ਲਿਖੀ ਮੈਂ ਆਪਣਾ ਫਿਊਚਰ ਬਣਾਇਆ ਜੌਬ ਵੀ ਕਰਦੀ ਸੀ ਮੈਮ ਹੁਣ ਮੇਰੀ ਇਹ ਸੀ ਕਿ ਚਲੋ ਵਿਆਹ ਕੀਤਾ ਕਰਦੇ ਨੇ ਆਪਣੇ ਵੱਲੋਂ ਤਾਂ ਸਭ ਕੁਝ ਵਧੀਆ ਦੇਖ ਕੇ ਹੀ ਕਰਦੇ ਨੇ ਹਰ ਪੇਰੈਂਟਸ ਦਾ ਸੁਪਨਾ ਹੁੰਦਾ ਕਿ ਚਲੋ ਬਈ ਕੁੜੀਆਂ ਪੜ੍ਹਾ ਲਿਖਾ ਕੇ ਇੱਕ ਵਿਆਹ ਕਰਦੀ ਹੈ ਜੌਬ ਵੀ ਕਰਨੀ ਸੈਟ ਪਰ ਅੱਜ ਤੂੰ ਕਿੱਥੇ ਖੜੀ ਅੱਜ ਕੀ ਮਹਿਸੂਸ ਕਰਦੀ ਹੈ ਅੱਜ ਮੈਮ ਮੈਂ ਜਿੱਥੇ ਜਾਂਦੀ ਹਾਂ ਮੈਂ ਹਰ ਜਗ੍ਹਾ ਤੇ ਕਿਹਾ ਕਿ ਵਾਪਸ ਜਾ ਰਹੀ ਹਾਂ ਪੁਲਿਸ ਸਟੇਸ਼ਨ ਜਾਓ ਕਿਤੇ ਵੀ ਜਾਓ
ਕੋਈ ਨਹੀਂ ਸੁਣਦਾ, ਕੋਈ ਸੁਣਵਾਈ ਨਹੀਂ, ਮੈਂ ਸਿਰਫ ਮੇਰੇ ਕੋਲ ਹਰ ਟਾਈਮ ਸੌਣ ਲੱਗੇ ਸਿਰਫ ਇੱਕ ਚੀਜ਼ ਹੁੰਦੀ ਹੈ, ਹੁਣ ਇਹ ਡੇਟ ਤੇ ਜਾਣਾ, ਇਹ ਡੇਟ ਨੂੰ ਬੁਲਾਇਆ, ਸਿਰਫ ਆਹੀ ਚੀਜ਼ਾਂ ਰਹਿ ਗਿਆ ਮੇਰੀ ਜ਼ਿੰਦਗੀ ਚ, ਹੋਰ ਕੁਛ ਨਹੀਂ ਬਚਿਆ ਇਸ ਟਾਈਮ। ਉਮੀਦ ਕਿਹੜੀ ਬੱਚੀ ਹੈ ਤੇਰਾ ਹਸਬੈਂਡ ਉਧਰ ਪੀਆਰ ਹੈ, ਕੀ ਉਮੀਦ ਬੱਚੀ ਬੱਚੇ, ਰੋਣਾ ਨਹੀਂ, ਉਮੀਦ ਮੈਮ ਖਤਮ ਖਤਮ ਹੋ ਚੁੱਕੀ ਹੈ, ਉਮੀਦ ਨਹੀਂ, ਉਮੀਦ ਹੀ ਤਾਂ ਖਤਮ ਨਹੀਂ ਕਰਨੀ, ਤੈਨੂੰ ਆਪਣੇ ਆਪ ਨਾਲ ਪਿਆਰ ਕਰਨਾ ਪਏਗਾ, ਤੈਨੂੰ ਸਟਰੋਂਗ ਹੋਣਾ ਪਏਗਾ ਬੇਟਾ, ਰੋਣਾ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਕਮਜ਼ੋਰ ਨਹੀਂ ਪੈਣਾ, ਇਧਰ ਆ ਆਪਣਾ ਹੱਥ ਮੈਨੂੰ ਪਕੜਾ, ਰੋਣਾ ਨਹੀਂ ਹੈ, ਕਮਜ਼ੋਰ ਨਹੀਂ ਪੈਣਾ, ਸਟਰੋਂਗ ਰਹਿ ਬੱਚੇ, ਮੈਂ ਤੇਰੇ ਨਾਲ ਆ, ਤੈਨੂੰ ਆਪਣੇ ਲਈ ਆਵਾਜ਼ ਫਿਰ ਚੁੱਕਣੀ ਪਏਗੀ, ਤੈਨੂੰ ਇੱਕ ਨਵੀਂ ਰੋਸ਼ਨੀ ਦੀ ਕਿਰਨ ਮੈਂ ਦਿਖਾਵਾਂਗੀ, ਤੈਨੂੰ ਸਟਰੋਂਗ ਹੋਣਾ ਪਏਗਾ, ਮੈਂ ਤੇਰੇ ਨਾਲ ਪ੍ਰੋਮਿਸ ਕਰਨੀ ਆ, ਪਰ ਤੂੰ ਜੇ ਰੋਏਂਗੀ ਤੇ ਆਪਣੇ ਆਪ ਨੂੰ ਕਮਜ਼ੋਰ ਕਰੇਂਗੀ, ਰੋਣਾ ਨਹੀਂ, ਇੰਨੀ ਪੜ੍ਹੀ ਲਿਖੀ ਹੈ ਤੂੰ, ਮੈਂ ਤੈਨੂੰ ਇੱਕ ਰੋਸ਼ਨੀ ਦਿਖਾਵਾਂਗੀ, ਤੇਰੀ ਸੁਣਵਾਈ, ਤੇਰਾ ਕੇਸ ਹੁਣ ਆਪਾਂ ਦੇਖਾਂਗੇ, ਠੀਕ ਹੈ? ਮੈਂ ਕਿਤੇ ਵੀ ਨਹੀਂ ਸੁਣਵਾਈ, ਮੈਂ ਆਖਰੀ ਉਮੀਦ ਤੁਹਾਡੇ ਕੋਲ ਲੈ ਕੇ, ਤੂੰ ਮੇਰੇ ਕੋਲ ਆਈ ਹੈ ਨਾ, ਫਿਰ ਰੋਣਾ ਨਹੀਂ, ਮੇਰੇ ਕੋਲ ਆ ਕੇ ਨਹੀਂ ਰੋਣਾ, ਪਰ ਮੇਰਾ ਦਿਲ ਵਿੱਚ ਬਹੁਤ ਦਰਦ ਹੁੰਦਾ ਹੈ, ਮੈਂ ਪੰਜਾਬ ਦੇ ਪੇਰੈਂਟਸ ਨੂੰ ਬੈਠਾ ਬੱਚਾ, ਮੈਂ ਰੋਣਾ ਇਹੀ ਮੇਰਾ ਭਰਿਆ ਹੋਇਆ ਜਿਹੜਾ, ਮੈਂ ਕਿਸੇ ਅੱਗੇ ਨਹੀਂ ਰੋ ਪਾਉਂਦੀ, ਨਾ ਘਰ ਦੇ ਅੱਗੇ ਕਿ ਉਹ ਨਾ ਦੁਖੀ ਹੋਣ, ਉਹ ਪਹਿਲੇ ਇੰਨੇ ਦੁਖੀ ਹੈ, ਕਿਤੇ ਵੀ ਜਾ ਕੇ ਮੈਂ ਕਿਸੇ ਅੱਗੇ ਨਹੀਂ, ਮੈਂ ਇਕੱਲੀ ਰੋਣੀ ਹੈ ਮੈਮ, ਜਦੋਂ ਕੋਈ ਦੁੱਖ ਪੁੱਛਦਾ ਮੇਰਾ ਰੋਣਾ ਆਪਣੇ ਆਪ ਨਿਕਲਿਆ, ਕਿੰਨੇ ਰਿਸ਼ਤੇਦਾਰਾਂ ਨੂੰ ਜਾਂ ਲੋਕਾਂ ਤੋਂ ਵੀ ਛੁਪਦੇ ਫਿਰਦੀ ਆ, ਕਿ ਦੱਸ ਨਹੀਂ ਸਕਦੇ ਆਸ ਪੜੋਸ ਕੀ ਲੋਕੀ ਕੀ ਕਹਿਣਗੇ ਕਿ ਕੁੜੀ ਜਾਂਦੀ ਕਿਉਂ ਨਹੀਂ, ਉਹ ਕਹਿੰਦੇ ਮੈਨੂੰ ਸਮਝ ਨਹੀਂ ਆਉਂਦਾ ਮੇਰੇ 'ਚ ਕੀ ਨੁਕਸ ਹੈ, ਮੇਰੇ 'ਚ ਕੀ, ਮੇਰੀ ਕਿਸਮਤ ਇੰਨੀ ਕਿਉਂ ਖਰਾਬ ਹੈ ਕਿ ਮੇਰੇ ਨਾਲ ਇਹ ਸਭ ਕੁਛ ਕਿਉਂ ਹੋ ਰਿਹਾ, ਮੈਂ ਪੰਜਾਬ ਤੋਂ ਪੁੱਛਣੀ ਆ ਤੁਸੀਂ ਕਿੱਥੇ ਬੈਠੇ ਹੋ, ਤੁਸੀਂ ਕੀ ਸੁਪਨਾ ਦੇਖਦੇ ਹੋ ਆਪਣੇ ਬੱਚਿਆਂ ਲਈ, ਇੰਨੀ ਹਾਈ ਕੁਆਲੀਫਾਈਡ ਬੱਚਿਆਂ ਨੂੰ ਕਰਨ ਤੋਂ ਬਾਅਦ ਕਿੱਥੇ ਹੋ ਅੱਜ, ਦੱਸੋ ਮੈਨੂੰ ਜਵਾਬ ਚਾਹੀਦਾ ਪੰਜਾਬ ਦੇ ਲੋਕਾਂ ਤੋਂ, ਮੈਂ ਫਿਰ ਤੋਂ ਤੁਹਾਡੇ ਕੋਲ ਆਵਾਂਗੀ, ਮੈਂ ਇਸ ਬੱਚੀ ਨਾਲ ਕੁਛ ਹੋਰ ਗੱਲਾਂ, ਇਹਨੂੰ ਮੈਂ ਸਟਰੋਂਗ ਕਰਕੇ ਅੱਜ ਇਹਨੂੰ ਮੈਂ ਹਿੰਮਤ ਦੇ ਕੇ ਇੱਕ ਹੌਸਲਾ ਦੇ ਕੇ ਇਹਨੂੰ ਮੈਂ ਭੇਜਾਂਗੀ ਕਿ ਇਹ ਮੇਰੇ ਨਾਲ ਆ ਕੇ ਪੰਜਾਬ ਸਟੇਟ ਵਿਮੈਨ ਕਮਿਸ਼ਨ ਵਿੱਚ ਕੰਮ ਕਰੇਗੀ, ਔਰ ਆਪਣੇ ਜੈਪੁਰ ਦੀ 50 ਕੁੜੀਆਂ ਨੂੰ ਸਟਰੋਂਗ ਕਰੇਗੀ, ਵਾਪਸ ਆਵਾਂਗੀ ਤੁਹਾਡੇ ਕੋਲ, ਤਦ ਤੱਕ ਮੈਨੂੰ ਤੁਹਾਡਾ ਜਵਾਬ ਚਾਹੀਦਾ ਕਿ ਅੱਜ ਪੰਜਾਬ ਆਪਣੇ ਬੱਚਿਆਂ ਨੂੰ ਕਿੱਥੇ ਦੇਖਦਾ, ਕੀ ਚੇਂਜ ਚਾਹੁੰਦਾ, ਮੈਨੂੰ ਜਵਾਬ ਚਾਹੀਦਾ, ਥੈਂਕ ਯੂ।